ਅਸਲਾਮੁਅਲੈਕੁਮ ਵਰਹਮਤੁਲਲਾਹੀ ਵਬਰਕਾਤੁਹ। ਉਮੀਦ ਕਰਦਾ ਸਾਰੇ ਠੀਕ ਹੋ ਸੋ। ਅੱਛਾ, ਕਿਸੇ ਦੌਰ 'ਚ ਇੱਕ ਬਾਦਸ਼ਾਹ ਸਨ। ਤਾਂ ਬਾਦਸ਼ਾਹ ਜ਼ਰਾ ਅਰਨੀਆਂ ਨੇ ਜ਼ਿਆਦਾਤਰ ਬਾਦਸ਼ਾਹ, ਅਤੇ ਬਾਦਸ਼ਾਹ ਬੈਠੇ ਬੈਠੇ ਉਸਕੀ ਖਿਆਲ ਆਇਆ, ਉਸ ਆਇਆ ਜੀ ਕਿ ਜਿਹੜਾ ਮੇਰੀ ਰਿਆਇਆ ਚੋਂ ਅੱਛੀ ਗੱਲ ਕਰ ਸੀ ਉਸਕੀ 400 ਦਿਨਾਰ ਦੇ ਸਨ। ਅੱਛਾ, ਬਾਦਸ਼ਾਹ ਸੋਚਿਆ ਕਿ ਉਹੀ ਅਕਲੇ ਕੁੱਲ ਆ, ਕੋਈ ਹੋਰ ਸਿਆਣਾ ਉਸੀ ਨਹੀਂ ਉਸੀ ਰਿਆਇਆ। ਖੈਰ, ਬਾਦਸ਼ਾਹ ਚੱਲਣਾ ਸਾਹ ਦੇ ਰਸਤੇ 'ਚ ਉਸਕੀ ਇੱਕ ਖਾਤੂਨ ਲੱਗ ਗਈ। ਖਾਤੂਨ ਜਨਾਬ ਲਾ ਰਹੀ ਸੀ, ਬੁੱਢੀ ਉਮਰ ਦੀ ਖਾਤੂਨ ਸੀ, ਉਹ ਜੈਤੂਨ ਦਾ ਬੂਟਾ ਲਾ ਰਹੀ ਸੀ। ਬਾਦਸ਼ਾਹ ਉਸ ਕਿਹਾ ਹੈ ਕਿ ਤੂੰ, ਸਾਡੀ ਉਮਰ ਇਤਨੀ ਜ਼ਿਆਦਾ ਹੈ, ਅਤੇ ਇਹ ਜੈਤੂਨ ਦਾ ਫਲ ਜਾ ਕੇ 20 ਸਾਲਾਂ ਬਾਅਦ ਫਲਦੇ ਸੀ, ਇਸ ਦਾ ਤੁਸੀਂ ਕੀ ਫਾਇਦਾ? ਉਸ ਆਖਿਆ ਕਿ ਬਾਦਸ਼ਾਹ ਸਲਾਮਤ, ਗੱਲ ਨੀਅਤ ਨਹੀਂ ਹੈ, ਮੇਰੀ ਨੀਅਤ ਇਸ ਤੋਂ ਫਾਇਦਾ ਚੁੱਕਣ ਦੀ ਤਾਂ ਹੈ, ਲੇਕਿਨ ਆਪਣੇ ਵਾਸਤੇ ਨਹੀਂ, ਆਪਣੀ ਆਉਣ ਵਾਲੀਆਂ ਨਸਲਾਂ ਵਾਸਤੇ। ਕਿਉਂਕਿ ਅੱਜ ਜਿਹੜਾ ਅਸ ਫਲ ਖਾਣੇ ਲਏ ਨੇ, ਉਹ ਸਾਡੇ ਪਿਓ ਦਾਦੇ ਲਾਇਆ ਸਾ, ਉਸਨੂੰ ਫਲ ਅੱਜ ਖਾਣੇ, ਅਤੇ ਇਹ ਵੀ ਜਾਣਾ, ਇਹ ਫਲ ਮੈਂ ਆਪਣੇ ਵਾਸਤੇ ਨਹੀਂ, ਮੈਂ ਆਪਣੀ ਆਉਣ ਵਾਲੀਆਂ ਨਸਲਾਂ ਵਾਸਤੇ ਲਾ। ਬਾਦਸ਼ਾਹ ਕੀ ਉਸਦੀ ਗੱਲ ਬਹੁਤ ਪਸੰਦ ਆਈ, ਬਾਦਸ਼ਾਹ ਉਸਕੀ 400 ਦਿਨਾਰ ਦੇ ਛੁੜੇ। ਅੱਛਾ, ਜਦੋਂ ਉਸਕੀ 400 ਦਿਨਾਰ ਦਿੱਤੇ, ਤਾਂ ਬੁੱਢੀ ਜਿਹੜੀ ਨਾ ਮੁਸਕਰਾਉਣਾ ਸ਼ੁਰੂ ਹੋ ਗਈ, ਅਤੇ ਬਾਦਸ਼ਾਹ ਉਸ ਕਿਹਾ ਕਿ ਤੁਸੀਂ ਕਿਉਂ ਮੁਸਕਰਾ ਰਹੇ ਹੋ? ਉਸੇ ਗੱਲ ਆਹੀ ਬਾਦਸ਼ਾਹ ਕੀ, ਦੇਖ ਮੇਰੀ ਨੀਅਤ ਆਪਣੇ ਕਮਾਉਣ ਵਾਸਤੇ ਨਹੀਂ ਸੀ, ਲੇਕਿਨ ਅੱਲਾਹ ਤਾਲਾ ਮੈਂ ਕਿਸ ਦੁਨੀਆ ਪਰ ਇਸ ਨਾਲ ਇਸ ਫਲ ਨਾਲ ਜਾਣਾ ਮੁਆਵਜ਼ਾ ਦੇ ਛੁੜਿਆ। ਅਤੇ ਬਾਦਸ਼ਾਹ ਕੀ ਉਸਕੀ ਇਸ ਇੱਕ ਹੋਰ ਗੱਲ ਇਹ ਪਸੰਦ ਆਏ, ਤੁਸੀਂ 300 ਜਾਂ ਜਿਤਨੇ 300 ਦਿਨਾਰ ਉਸਕੀ ਹੋਰ ਦੇ ਛੁੜੇ। ਅੱਛਾ, ਜਿਸ ਟਾਈਮ ਉਸਕੀ 400 ਦਿਨਾਰ ਹੋਰ ਦਿੱਤੇ, ਫਿਰ ਮੁਸਕਰਾਉਣ ਸ਼ੁਰੂ ਹੋ ਗਈ, ਅਤੇ ਬਾਦਸ਼ਾਹ ਉਸ ਕਿਹਾ ਜੀ ਹੁਣ ਕਿਉਂ ਤੁਸੀਂ ਮੁਸਕਰਾਉਂਦੇ ਹੋ? ਉਸ ਆਖਿਆ, ਬਾਦਸ਼ਾਹ ਸਲਾਮਤ, ਇਹ ਮੇਰੀ ਨੀਅਤ ਅਤੇ ਮੇਰਾ ਖਲੂਸ ਐਸਾ ਹੈ ਕਿ ਮੈਂ ਕੀ ਅੱਲਾਹ ਤਾਲਾ ਇਸ ਨਾਲ ਫਲ ਇਸ ਫਲ ਨਾਲ ਜਿਹੜਾ ਮੁਆਵਜ਼ਾ ਉਹ ਦੁਨੀਆਂ 'ਚ ਦੋ ਦਫ਼ਾ ਦੇ ਛੁੜਿਆ, ਹਾਲਾਂਕਿ ਮੈਂ ਇੱਕ ਦਫ਼ਾ ਵੀ ਨਹੀਂ ਲੈ ਸਕਦੀ ਸੀ। ਤਾਂ ਬਾਦਸ਼ਾਹ ਉਸਕੀ 400 ਦਿਰਮ ਦਿੱਤਾ, ਨੱਸ ਗਿਆ, ਤੂੰ ਘਰ ਤੋਂ ਛੋੜੀ ਸੀ, ਤੂੰ ਨੱਸ ਗਿਆ। ਤਾਂ ਉਹ ਬਾਦਸ਼ਾਹ ਦਾ ਵਜ਼ੀਰ ਉਸ ਕੋਲ ਪੁੱਛਣਾ, ਬਾਦਸ਼ਾਹ ਸਲਾਮਤ, ਤੂੰ ਨੱਸੇ ਕਿਉਂ? ਉਸੇ ਗੱਲ ਆਹੀ ਕਿ ਬੁੱਢੀ ਦੀ ਨੀਅਤ, ਬੁੱਢੀ ਦਾ ਖਲੂਸ ਇਤਨਾ ਚੰਗਾ ਹੈ ਕਿ ਅਗਰ ਮੈਂ ਕੁਝ ਦੇਰ ਹੋਰ ਉੱਥੇ ਠਹਿਰਨਾ, ਤਾਂ ਮੈਂ ਸਾਰੀ ਆਪਣੀ ਸਲਤਨਤ ਬੁੱਢੀ ਦੇ ਹਵਾਲੇ ਕਰ ਛੁੜਿਆ। ਤਾਂ ਇਸ ਵਾਸਤੇ ਜਿਹੜਾ ਅਜੇ ਸਾਰੀ ਕਾਨੂੰਨ ਦੀ ਕਹਾਣੀ ਸੁਣਾਉਣ ਨਾਲ, ਸੁਬਹ ਸੁਬਹ ਥੋੜ੍ਹਾ ਮਾਸ ਖਾਣ ਦਾ ਮਕਸਦ ਇਹ ਸਾ, ਮੈਂ ਚਲੋ ਨਾਸ਼ਤਾ ਲੈਣ ਚੱਲਣਾ, ਤਾਂ ਤੁਸੀਂ ਵੀ ਥੋੜ੍ਹਾ ਜਿਹਾ ਮਾਸ ਖਾ ਲਵਾਂ। ਲੇਕਿਨ ਗੱਲ ਇਹ ਹੈ ਕਿ ਬੰਦੇ ਦੀ ਅਗਰ ਨੀਅਤ ਸਾਫ਼ ਹੋਵੇ ਔਰ ਦੂਸਰੇ ਫਾਇਦਾ ਦੂਸਰੇ ਕੀ ਪਹੁੰਚਾਉਣ ਵਾਸਤੇ ਹੋਇਆ, ਤਾਂ ਅੱਲਾਹ ਤਾਲਾ ਉਸਨੇ ਬਦਲੇ ਤੁਸੀਂ ਕਿ ਦੁਨੀਆ ਉੱਪਰ ਵੀ 2 ਗੁਣਾ ਬਲਕਿ 3 ਗੁਣਾ ਉਸਦਾ ਅਜਰ ਦੇਣਾ, ਸਵਾਬ ਦੇਣਾ, ਦੁਨੀਆ ਵੀ ਫਾਇਦੇ ਵੀ ਦੇਣਾ, ਔਰ ਆਖਰਤ ਵਿੱਚ ਇਸ ਤਰ੍ਹਾਂ ਅਜਰ ਹੈ ਹੀ ਹੈ। ਅੱਲਾਹ ਤਾਲਾ ਸੀ ਕਿ ਦੂਸਰੇ ਵਾਸਤੇ ਆਸਾਨੀਆਂ ਪੈਦਾ ਕਰਨ ਦੀ, ਦੂਸਰੇ ਵਾਸਤੇ ਅੱਛੀ ਸੋਚ ਰੱਖਣ ਦੀ, ਅੱਛੀ ਨੀਅਤ ਰੱਖਣ ਦੀ ਤੋਫੀਕ ਤਾ ਫਰਮਾਏ। ਅਸਲਾਮੁ ਅਲੈਕੁਮ ਵਰਹਮਤੁਲਲਾਹਿ ਵਬਰਕਾਤੁਹ।